ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਤਸਵੀਰਾਂ ਨੇ ਧੀਰੇ ਦੀਆਂ ਧੀਰੇ ਪੁੱਲ ਦੇ ਉੱਤੇ ਛੋਟੇ ਬੱਚੇ ਦੀ ਲਾਸ਼ ਜਿਹੜੀ ਹੈ ਉਹ ਤੈਰਦੀ ਹੋਈ ਪਾਈ ਗਈ ਸੀ। ਅਤੇ ਮੌਕੇ 'ਤੇ ਪੁਲਿਸ ਵੱਲੋਂ ਪਹੁੰਚ ਕੇ ਡਿਵੀਜ਼ਨ ਨੰਬਰ 2 ਦੇ SHO ਪਹੁੰਚ ਕੇ ਉਹਨਾਂ ਨੇ ਜਦੋਂ ਜਾਇਜ਼ਾ ਲਿਆ ਤਾਂ ਪਾਇਆ ਕਿ ਬੱਚੇ ਦੀ ਲਾਸ਼ ਜਿਹੜੀ ਹੈ, ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ ਲਾਸ਼ ਜਿਹੜੀ ਹੈ ਪਾਣੀ ਦੇ ਵਿੱਚ ਤੈਰ ਰਹੀ ਹੈ। ਅਤੇ ਪੁਲਿਸ ਵੱਲੋਂ ਪਹੁੰਚ ਕੇ ਜਿਹੜਾ ਇਹ ਮਾਮਲਾ ਦੇਖਿਆ ਗਿਆ ਅਤੇ ਬੱਚੇ ਦੀ ਲਾਸ਼ ਨੂੰ ਜਿਹੜਾ ਹੈ ਉਹ ਬਾਹਰ ਕੱਢਿਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤੇ ਇਹ ਜਾਣਕਾਰੀ DSP ਸੁਮੇਰ ਸਿੰਘ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਹੋਰ ਕੀ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਇਸ ਮਾਮਲੇ ਦੇ ਉੱਤੇ, ਕੀ ਕਾਰਵਾਈ ਇਸ ਦੇ ਉੱਤੇ ਹੋਵੇਗੀ, ਆਓ ਤੁਹਾਨੂੰ ਵੀ ਸੁਣਾਉਂਦੇ ਜੀ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਛੋਟੇ ਬੱਚੇ ਦੀ ਡੈੱਡ ਬੋਡੀ ਜਿਹੜੀ ਹੈ ਇੱਥੇ ਧੀਰੇ ਬ੍ਰਿਜ ਦੇ ਲਾਗੇ ਪਈ ਹੈ ਅਤੇ ਪਾਣੀ 'ਚ ਫਲੋਟ ਕਰ ਰਹੀ ਹੈ। ਅਤੇ ਮੌਕੇ 'ਤੇ SHO ਜਿਹੜੇ ਡਿਵੀਜ਼ਨ ਨੰਬਰ 2 ਹੈ ਸ਼ੋਹਰਤ ਮਾਨ ਜੀ ਆਏ ਸੀ ਅਤੇ ਉਹਨਾਂ ਨੇ ਮੌਕੇ 'ਤੇ ਆਉਂਦੇ ਸਾਰਾ ਜਾਇਜ਼ਾ ਲਿਆ ਅਤੇ ਹੁਣ ਮੈਂ ਵੀ ਆਇਆ। ਅਤੇ ਪ੍ਰਾਈਮਾ ਫੇਸੀ ਦੇਖਣ 'ਚ ਆਇਆ ਕਿ ਬੱਚਾ ਪਾਣੀ 'ਚ ਡੁੱਬਿਆ ਜਿਹੜਾ ਹੈ ਅਤੇ ਜਿਸ ਕਾਰਨ ਉਹਦੀ ਲੱਗਦਾ ਕਿ ਉਸ ਕਾਰਨ ਉਹਦੀ ਮੌਤ ਹੋਈ ਹੈ। ਬਾਕੀ ਇਹਨੂੰ ਅੱਗੇ ਅਸੀਂ ਇਨਵੈਸਟੀਗੇਟ ਕਰਾਂਗੇ, ਜੋ ਤੱਥ ਸਾਹਮਣੇ ਆਉਂਦੇ ਉਹਦੇ ਅਨੁਸਾਰ ਜਿਹੜੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਵਾਂਗੇ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ।